ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ। ਆਓ ਜਾਣਦੇ ਹਾਂ ਪਿੰਡ ਚਿਰਾਗ ਸ਼ਾਹ ਵਾਲਾ ਦਾ ਇਹ ਨਾਮ ਕਿਵੇਂ ਪਿਆ। ਤਹਿਸੀਲ ਮੋਗਾ ਦਾ ਇਹ ਪਿੰਡ ਮੋਗਾ ਅੰਮ੍ਰਿਤਸਰ ਮੁੱਖ ਸੜਕ ਤੋਂ ਕੋਟ ਇਸੇ ਖਾਂ ਦੇ ਉੱਤਰ ਪੂਰਬ ਵੱਲ 7 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 20 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਪਿੰਡ ਚਿਰਾਗ ਸ਼ਾਹ ਵਾਲਾ 300 ਸਾਲ ਪਹਿਲਾਂ ਚਿਰਾਗ ਸ਼ਾਹ ਨੇ ਕੋਟ ਇਸੇ ਖਾਂ ਤੋਂ ਆ ਕੇ ਵਸਾਇਆ। ਉਸ ਦੇ ਨਾਂ ਤੇ ਹੀ ਪਿੰਡ ਦਾ ਨਾਂ ਚਿਰਾਗ ਸ਼ਾਹ ਵਾਲਾ ਪੈ ਗਿਆ। ਇਹ ਸਾਰੀ ਆਬਾਦੀ ਮੁਸਲਮਾਨਾਂ ਦੀ ਸੀ। ਚਿਰਾਗ ਸ਼ਾਹ ਨੇ ਹੋਰ ਕਿਸੇ ਨੂੰ ਇੱਥੇ ਵਸਣ ਹੀ ਨਹੀਂ ਦਿੱਤਾ। 1947 ਦੀ ਵੰਡ ਤੋਂ ਬਾਅਦ ਸਾਰਾ ਪਿੰਡ ਉੱਜੜ ਗਿਆ ਸੀ ਤੇ ਪਾਕਿਸਤਾਨ ਦੇ ਜ਼ਿਲ੍ਹੇ ਲਾਹੌਰ ਦੀ ਤਹਿਸੀਲ ਚੁੰਨੀਆਂ ਤੋਂ ਆ ਕੇ ਲੋਕਾਂ ਨੇ ਇਸ ਨੂੰ ਵਸਾਇਆ। ਹੁਣ ਇਸ ਪਿੰਡ ਵਿੱਚ ਜੱਟ ਸਿੱਖ ਤੇ ਮਜ਼ਬੀ ਸਿੱਖ ਦੋ ਹੀ ਜਾਤਾਂ ਦੇ ਲੋਕ ਵਸਦੇ ਹਨ। ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ। ਧੰਨਵਾਦ।